ਤਾਂ ਦੋਸਤੋ ਕੀ ਹਾਲ ਚਾਲ ਨੇ, ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ 'ਤੇ। ਤਾਂ ਹੁਣੇ ਗਾਣਾ ਆਇਆ ਬਾਈ ਢਿੱਲਾ ਲੈ ਨੇ, ਜਿਹੜਾ ਕੱਲ੍ਹ ਪ੍ਰੋਮੋ ਪਾਇਆ ਸੀ ਸੂਟ ਭਾਬੀ ਦਾ, ਅਤੇ ਉਹ ਗਾਣਾ ਕੱਢ ਦਿੱਤਾ ਹੈ ਅਤੇ ਹੁਣੇ ਰਿਵਿਊ ਪਾਉਣੇ, ਰਿਐਕਸ਼ਨ ਦਿੰਦੇ ਕਦੋਂ ਬਣਾਇਆ ਆ। ਪਹਿਲਾਂ ਭਾਬੀ ਦੀ ਬਾਤ ਸੁਣੋ, ਭਾਬੀ ਕੀ ਕਹਿਣਾ ਚਾਹੁੰਦੀ ਆ, ਸੁਣੋ ਜੀ। ਹਾਂਜੀ ਦੋਸਤੋ, ਦੇਖੋ ਜੀ, ਭਾਬੀ ਨੂੰ ਜਿੱਦਾਂ ਕਹਿੰਦਾ ਇੱਕ ਸੂਟ ਪਾਉਣ ਦਾ ਬਹੁਤ ਸ਼ੌਕੀਨ ਆ, ਕਈ ਕੁੜੀਆਂ ਨੂੰ ਹੁੰਦਾ ਆ, ਕਈ ਗਰੀਬ ਘਰ ਦੀ ਕੁੜੀਆਂ ਆ ਜਿਹਨਾਂ ਹੁੰਦਾ ਆ, ਲੇਕਿਨ ਸ਼ੌਕ ਮਰ ਜਾਂਦੇ ਆ। ਭਾਬੀ ਗਰੀਬ ਘਰੋਂ ਨਹੀਂ ਸੀਗੀ, ਭਾਬੀ ਮਿਡਲ ਕਲਾਸ ਘਰੋਂ ਸੀਗੀ, ਤਾਂ ਭਾਬੀ ਨੂੰ ਸ਼ੌਕ ਹੈਗੇ ਆ ਸੂਟ ਪਾਉਣ ਦੇ, ਤਾਂ ਇਸ ਕਰਕੇ ਭਾਬੀ ਨੇ ਸੂਟ ਪਾਇਆ। ਭਾਬੀ ਕਹਿੰਦੀ ਕਿ ਅੰਬਰੋਂ ਮੈਂ ਦਰਜੀ ਲੱਭਿਆ, ਗਾਣੇ ਨੂੰ ਮੇਰੇ ਬਣਾਉਂਦੇ ਇੱਕੋ ਮਤਲਬ, ਭਾਬੀ ਕਹਿੰਦੀ ਅੰਬਰੋਂ ਮੈਂ ਦਰਜੀ ਲੱਭਿਆ ਜਿੱਥੋਂ ਸੂਟ ਸਵਾਇਆ ਨਾਰ ਨੇ, ਕਿ ਇਹ ਭਾਈ ਭਾਬੀ ਦਾ ਕਹਿਣਾ ਆ ਕਿ ਮੈਂ ਜਿਹੜਾ ਦਰਜੀ ਆ ਫੁੱਲ ਫਿਟਿੰਗ ਦਿੰਦਾ ਮੇਰੇ ਸੂਟ ਨੂੰ, ਅਤੇ ਇਸ ਕਰਕੇ ਸੂਟ ਨੂੰ ਮੈਂ ਸਵਾਉਂਦੀ ਰਹਿੰਦੀ ਹਾਂ, ਮਹੀਨੇ 'ਚ 2 ਸੂਟ ਤਾਂ ਪੱਕੇ ਆ ਮੇਰੇ ਮੈਂ ਸਵਾਉਂਦੀ। ਤਾਂ ਭਾਬੀ ਦੀ ਨਾ ਆਹ ਵਾਲੀ ਗੱਲ ਵੀ ਸੁਣੋ, ਭਾਬੀ ਕੀ ਕਹਿਣਾ ਚਾਹੁੰਦੀ ਆ। ਗਾਣਾ ਕੱਢਿਆ ਹੈਗਾ ਭਾਬੀ ਦਾ, ਠੀਕ ਹੈ ਜੀ, ਅਤੇ ਭਾਬੀ ਜਿਹੜੀ ਹੈਗੀ ਬਹੁਤ ਖੁਸ਼ ਆ, ਬਹੁਤ ਜ਼ਿਆਦਾ ਖੁਸ਼ ਆ, ਭਾਬੀ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਆ। ਥੱਲੇ ਕੋਈ ਪ੍ਰੀਤੀ ਨਾਂ ਦੀ ਹੈਗੀ ਹੈ, ਕਹਿੰਦੀ ਸੇਮ ਫੀਲਿੰਗ, ਕੋਈ ਪ੍ਰਿਆ ਨਾਂ ਦੀ ਕੁੜੀ ਕਹਿੰਦੀ ਸੇਮ ਫੀਲਿੰਗ, ਕੋਈ ਨੇਹਾ, ਕੋਈ ਨਿਸ਼ਾ, ਤੁਸੀਂ ਜਾ ਕੇ ਦੇਖ ਲਓ, ਤੁਹਾਨੂੰ ਵੀ ਉੱਥੇ ਲੱਭ ਜਾਣੀ ਹੈਗੀ ਆ। ਕੋਈ ਕਹਿੰਦਾ ਮੇਰੀ ਮੰਮੀ ਜਨਮ ਦਿਨ ਨਾਲ ਲਾਈਕ ਨਹੀਂ ਕਰਦੇ, ਤਾਂ ਇੱਦਾਂ ਕਮੈਂਟ ਆਉਂਦੇ ਰਹਿੰਦੇ, ਬਟ ਸੂਟਾਂ ਦੇ ਲਈ ਘੱਟੋ ਘੱਟ ਨਹੀਂ 100 ਕੁੜੀਆਂ ਤੋਂ ਉੱਪਰ ਮੈਸੇਜ ਹੋਣੇ ਆ, ਕਮੈਂਟ ਹੋਣੇ ਆ ਥੱਲੇ ਭਾਬੀ ਨੂੰ, ਸੇਮ ਫੀਲਿੰਗ, ਸੇਮ ਫੀਲਿੰਗ, ਸੇਮ ਫੀਲਿੰਗ। ਕੁੜੀਆਂ ਨੂੰ ਸੂਟਾਂ ਸ਼ੌਕ ਬਹੁਤ ਆ, ਤਾਂ ਇਹ ਗੱਲ ਕੁੜੀਆਂ ਹੀ ਜਾਣ ਸਕਦੀਆਂ। ਮੈਂ ਕਿੱਥੋਂ, ਮੈਂ ਤੁਹਾਨੂੰ ਗਾਣੇ ਦਾ ਮਤਲਬ ਦੱਸਣਾ ਸੀਗਾ, ਗਾਣੇ ਦਾ ਮਤਲਬ ਇਹੀ ਹੈ ਕਿ ਭਾਬੀ ਨੂੰ ਸੂਟਾਂ ਸ਼ੌਕ ਆ। ਭਾਬੀ ਕਹਿੰਦੀ ਜਿਹੜਾ ਮੈਂ ਦਰਜੀ ਲੱਭਿਆ ਆ ਮੇਰੇ ਕਹਿਣ 'ਤੇ ਮਹੀਨੇ 2 ਸੂਟ ਤਿਆਰ ਕਰ ਦਿੰਦਾ ਪੂਰੀ ਫਿਟਿੰਗ ਵਾਲੇ, ਕਦੀ ਮੈਨੂੰ ਉਹਨੂੰ ਕਹਿਣਾ ਨਹੀਂ ਪਿਆ ਕਿ ਇੱਥੋਂ ਖਰਾਬੀ ਆ ਜਾਂ ਇੱਥੋਂ ਸੂਟ ਤੋਂ ਜਾਂ ਇੱਥੋਂ ਛਾਤੀ ਤੋਂ, ਕਿਤੋਂ ਵੀ ਮੇਰੇ ਸੂਟ ਸਹੀ ਨਹੀਂ ਹੈਗਾ, ਹੋਰ ਫਿਟਿੰਗ ਵਧੀਆ ਦਿੰਦਾ ਆ, ਅੰਬਰਾ ਤੋਂ ਦਰਜੀ ਲੱਭਿਆ ਅਤੇ ਸੂਟ ਸਵਾਨੀ ਮੈਂ ਜਿੱਤੋਂ। ਅਤੇ ਗਾਣੇ ਤੁਸੀਂ ਵੀ ਜਾ ਕੇ ਪਿਆਰ ਦਿਓ, ਅਤੇ ਭਰਾ ਦੇ ਚੈਨਲ ਨੂੰ ਵੀ ਲਾਈਕ ਐਂਡ ਸਬਸਕ੍ਰਾਈਬ ਕਰ ਦਿਆ ਕਰੋ। ਧੰਨਵਾਦ ਜੀ।